ਇਹਨਾਂ ਨੂੰ ਰਾਜੂ ਸਿੰਘ ਆਬੇ ਪਰ ਪਿੰਡ ਹੈ। ਹਾਂਜੀ ਮੇਰੇ ਸਿੱਧਾ ਸ਼ੂਟਰ ਕਰ ਦੇਣਾ ਮੈਨੂੰ ਬਾਬਾ ਜੀ। ਕਿੰਨੀਆਂ ਗੋਲੀਆਂ ਵੱਜੀਆਂ ਤੁਹਾਡੇ? ਇੱਕ ਗੋਲੀ ਵੱਜੀ, ਦੋ ਤਿੰਨ ਵੱਜੀਆਂ ਬੱਕੀ। ਹੁਣ ਰਾਜਵੀਰ ਕਿੱਥੇ ਰੈਫਰ ਕਰਿਆ ਬਾਬਾ? ਰਜਿੰਦਰ ਹਸਪੀਟਲ ਲੈ ਕੇ ਜਾਣਾ ਇਹਨੂੰ, ਪੁੱਛੋ ਰਜਿੰਦਰ ਲੈ ਕੇ ਜਾਣਾ। ਬਾਬਾ ਜੀ ਤੁਸੀਂ ਉਦੋਂ ਬਾਰਡਰ ਦੇ ਉੱਪਰ ਸੀਗੇ, ਕਿੰਨੇ ਦਿਨ ਤੋਂ ਬੈਠੇ ਹੋ? ਬਾਬਾ ਜੀ ਬੰਦੀ ਸਿੰਘ ਉਹ 40 ਮਤਲਬ 1.5 ਸਾਲ ਹੋ ਗਏ ਬੰਦੀ ਸਿੰਘਾਂ ਦੇ ਬੈਠੇ ਜੀ, ਸਾਰਿਆਂ ਨੂੰ ਪਤਾ ਤਾਂ ਨਹੀਂ। ਇੱਥੇ ਬਾਰਡਰ ਤੇ ਆਏ ਸੀ ਸ਼ੰਭੂ ਜੀ। ਹਾਂ ਗੱਲਬਾਤ ਕਰਨਾ ਸੀ ਵੀ ਭਾਈ ਤੁਸੀਂ ਕਿਉਂ ਜੁਰਮ ਕਰਦੇ ਹੋ। ਇਹ ਕਹਿਣਾ ਸੀ ਇਹਨਾਂ ਨੂੰ ਗੋਲੀ ਚਲਾਈ ਸੀ। ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਸਰ? ਹਰਿਆਣਾ ਪੁਲਿਸ ਦੀ ਆਰਮੀ ਫੁੱਦੂ ਬੰਦੇ ਖੜੇ ਸਾਰੇ। ਠੀਕ ਹੈ ਸਰ। ਕਹਿੰਦਾ ਬਾਬਾ ਜੀ ਤੁਹਾਡੇ ਸਿੱਧੀ ਚਲਾਤੀ, ਪਹਿਲਾਂ ਮੇਰੇ ਸਰਲੇ ਮਾਰੇ ਉਹਨਾਂ ਨੇ, ਉਹ ਗੱਟ ਤੇ ਬਸ ਮੈਨੂੰ 47 ਚਲਾਤੀ ਮੇਰੇ ਕੋਲ ਸਿੱਧੀ ਗੋਲੀ। ਓਕੇ ਕਹਿਣ ਗਏ ਸੀ ਸਾਡਾ ਬੰਸ ਸਿੰਘ ਆਏ ਸੀ ਗੱਲਬਾਤ ਕਰਨਾ, ਤੁਸੀਂ ਗੱਲਬਾਤ ਕਰੋ। ਕਹਿੰਦੇ ਨਹੀਂ ਅਸੀਂ, ਤੁਸੀਂ ਪਿੱਛੇ ਜਾਓ ਬਾਬਾ ਜੀ, ਤੁਹਾਡਾ ਗੋਲੀ ਮਾਰ ਦਾਂਗੇ, ਤੂੰ ਬੰਦਾ ਕੌਣ ਹੈ, ਫਲਾਣਾ ਹੈ। ਮੈਂ ਕਿਹਾ ਤੁਸੀਂ ਗੋਲੀ ਮਾਰ ਕੇ ਦੇਖੋ ਜੀ ਹਿੰਮਤ ਹੈ, ਪਤਾ ਲੱਗਿਆ ਕਿਵੇਂ ਗੋਲੀ ਬਾਜ਼ੀ ਖਾਂਦੇ ਹੁੰਦੇ। ਮੇਰੇ ਸਿੱਧੇ ਦਿਲ ਪਰ ਗੋਲੀ ਲੱਗੀ ਸੀ, ਮਾਰ ਮੈਂ ਪਿੱਠ ਘੁਮਾ ਕੇ ਉਹਨੇ ਵਰਸ਼ਾ ਛੱਡਿਆ ਬਾਬਾ ਜੀ। ਮੇਰੇ ਨਾਲ ਰਾਜੂ ਸਿੰਘ ਆਬੇ ਪਰ ਪਿੰਡ ਹੈ। ਹਾਂਜੀ ਮੇਰੇ ਸਿੱਧਾ ਸ਼ੂਟਰ ਕਰ ਦੇਣਾ ਮੈਨੂੰ। ਬਾਬਾ ਜੀ ਕਿੰਨੀਆਂ ਗੋਲੀਆਂ ਵੱਜੀਆਂ ਤੁਹਾਡੇ? ਇੱਕ ਗੋਲੀ ਵੱਜੀ, ਦੋ ਤਿੰਨ ਵੱਜੀਆਂ ਬੱਕੀ। ਹੁਣ ਰਾਜਵੀਰ ਕਿੱਥੇ ਰੈਫਰ ਕਰਿਆ ਬਾਬਾ ਜੀ? ਰਜਿੰਦਰ ਹਸਪੀਟਲ ਲੈ ਕੇ ਜਾਣਾ ਇਹਨੂੰ, ਪੁੱਛੋ ਰਜਿੰਦਰ ਲੈ ਕੇ ਜਾਣਾ। ਬਾਬਾ ਜੀ ਤੁਸੀਂ ਉਦੋਂ ਬਾਰਡਰ ਦੇ ਉੱਪਰ ਸੀਗੇ, ਕਿੰਨੇ ਦਿਨ ਤੋਂ ਬੈਠੇ ਹੋ? ਬਾਬਾ ਜੀ ਬੰਦੀ ਸਿੰਘ ਉਹ 40 ਮਤਲਬ 1.5 ਸਾਲ ਹੋ ਗਏ ਬੰਦੀ ਸਿੰਘਾਂ ਦੇ ਬੈਠੇ ਜੀ, ਸਾਰਿਆਂ ਨੂੰ ਪਤਾ ਤਾਂ ਨਹੀਂ। ਇੱਥੇ ਬਾਰਡਰ ਤੇ ਆਏ ਸੀ ਸ਼ੰਭੂ ਜੀ। ਹਾਂ ਗੱਲਬਾਤ ਕਰਨਾ ਸੀ ਵੀ ਭਾਈ ਤੁਸੀਂ ਕਿਉਂ ਜੁਰਮ ਕਰਦੇ ਹੋ? ਇਹ ਕਹਿਣਾ ਸੀ ਇਹਨਾਂ ਨੂੰ ਗੋਲੀ ਚਲਾਈ ਸੀ। ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਸਰ? ਹਰਿਆਣਾ ਪੁਲਿਸ ਦੀ ਆਰਮੀ ਫੁੱਦੂ ਬੰਦੇ ਖੜੇ ਸਾਰੇ। ਠੀਕ ਹੈ ਸਰ। ਕਹਿੰਦਾ ਬਾਬਾ ਜੀ ਤੁਹਾਡੇ ਮੈਂ ਸਿੱਧੀ ਚਲਾਤੀ, ਪਹਿਲਾਂ ਮੇਰੇ ਸਰਲੇ ਮਾਰੇ ਉਹਨਾਂ ਨੇ, ਉਹ ਗੱਟ ਤੇ ਬਸ ਮੈਨੂੰ 47 ਚਲਾਤੀ ਮੇਰੇ ਸਿੱਧੀ ਗੋਲੀ। ਓਕੇ ਕਹਿਣ ਗਏ ਸੀ ਸਾਡਾ ਬੰਸ ਸਿੰਘ ਆਏ ਸੀ ਗੱਲਬਾਤ ਕਰਨਾ, ਤੁਸੀਂ ਗੱਲਬਾਤ ਕਰੋ। ਕਹਿੰਦੇ ਨਹੀਂ ਅਸੀਂ, ਤੁਸੀਂ ਪਿੱਛੇ ਜਾਓ ਬਾਬਾ ਜੀ, ਤੁਹਾਡਾ ਗੋਲੀ ਮਾਰ ਦਾਂਗੇ, ਤੂੰ ਬੰਦਾ ਕੌਣ ਹੈ, ਫਲਾਣਾ ਹੈ। ਮੈਂ ਕਿਹਾ ਤੁਸੀਂ ਗੋਲੀ ਮਾਰ ਕੇ ਦੇਖੋ ਜੀ ਹਿੰਮਤ ਹੈ, ਪਤਾ ਲੱਗਿਆ ਕਿਵੇਂ ਗੋਲੀ ਬਾਜ਼ੀ ਖਾਂਦੇ ਹੁੰਦੇ। ਮੇਰੇ ਸਿੱਧੇ ਦਿਲ ਪਰ ਗੋਲੀ ਲੱਗੀ ਸੀ, ਮਾਰ ਮੈਂ ਪਿੱਠ ਘੁਮਾ ਕੇ ਉਹਨੇ ਵਰਸ਼ਾ ਛੱਡਿਆ ਬਾਬਾ ਜੀ। ਇਹਨਾਂ ਨੂੰ ਰਾਜੂ ਸਿੰਘ ਆਬੇ ਪਰ ਪਿੰਡ ਹੈ। ਹਾਂਜੀ ਮੇਰੇ ਸਿੱਧਾ ਸ਼ੂਟਰ ਕਰ ਦੇਣਾ ਮੈਨੂੰ। ਬਾਬਾ ਜੀ ਕਿੰਨੀਆਂ ਗੋਲੀਆਂ ਵੱਜੀਆਂ ਤੁਹਾਡੇ? ਇੱਕ ਗੋਲੀ ਵੱਜੀ, ਦੋ ਤਿੰਨ ਵੱਜੀਆਂ ਬੱਕੀ। ਹੁਣ ਰਾਜਵੀਰ ਕਿੱਥੇ ਰੈਫਰ ਕਰਿਆ ਬਾਬਾ ਜੀ? ਰਜਿੰਦਰ ਹਸਪੀਟਲ ਲੈ ਕੇ ਜਾਣਾ ਇਹਨੂੰ, ਪੁੱਛੋ ਰਜਿੰਦਰ ਲੈ ਕੇ ਜਾਣਾ। ਬਾਬਾ ਜੀ ਤੁਸੀਂ ਉਦੋਂ ਬਾਰਡਰ ਦੇ ਉੱਪਰ ਸੀਗੇ, ਕਿੰਨੇ ਦਿਨ ਤੋਂ ਬੈਠੇ ਹੋ? ਬਾਬਾ ਜੀ ਬੰਦੀ ਸਿੰਘ ਉਹ 40 ਮਤਲਬ 1.5 ਸਾਲ ਹੋ ਗਏ ਬੰਦੀ ਸਿੰਘਾਂ ਦੇ ਬੈਠੇ ਜੀ, ਸਾਰਿਆਂ ਨੂੰ ਪਤਾ ਤਾਂ ਨਹੀਂ। ਇੱਥੇ ਬਾਰਡਰ ਤੇ ਆਏ ਸੀ ਸ਼ੰਭੂ ਜੀ। ਹਾਂ ਗੱਲਬਾਤ ਕਰਨਾ ਸੀ ਵੀ ਭਾਈ ਤੁਸੀਂ ਕਿਉਂ ਜੁਰਮ ਕਰਦੇ ਹੋ? ਇਹ ਕਹਿਣਾ ਸੀ ਇਹਨਾਂ ਨੂੰ ਗੋਲੀ ਚਲਾਈ ਸੀ। ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਸਰ? ਹਰਿਆਣਾ ਪੁਲਿਸ ਦੀ ਆਰਮੀ ਫੁੱਦੂ ਬੰਦੇ ਖੜੇ ਸਾਰੇ। ਠੀਕ ਹੈ ਸਰ। ਕਹਿੰਦਾ ਬਾਬਾ ਜੀ ਤੁਹਾਡੇ ਮੈਂ ਸਿੱਧੀ ਚਲਾਤੀ, ਪਹਿਲਾਂ ਮੇਰੇ ਸਰਲੇ ਮਾਰੇ ਉਹਨਾਂ ਨੇ, ਉਹ ਗੱਟ ਤੇ ਬਸ ਮੈਨੂੰ 47 ਚਲਾਤੀ ਮੇਰੇ ਸਿੱਧੀ ਗੋਲੀ। ਓਕੇ ਕਹਿਣ ਗਏ ਸੀ ਸਾਡਾ ਬੰਸ ਸਿੰਘ ਆਏ ਸੀ ਗੱਲਬਾਤ ਕਰਨਾ, ਤੁਸੀਂ ਗੱਲਬਾਤ ਕਰੋ। ਕਹਿੰਦੇ ਨਹੀਂ ਅਸੀਂ, ਤੁਸੀਂ ਪਿੱਛੇ ਜਾਓ ਬਾਬਾ ਜੀ, ਤੁਹਾਡਾ ਗੋਲੀ ਮਾਰ ਦਾਂਗੇ, ਤੂੰ ਬੰਦਾ ਕੌਣ ਹੈ, ਫਲਾਣਾ ਹੈ। ਮੈਂ ਕਿਹਾ ਤੁਸੀਂ ਗੋਲੀ ਮਾਰ ਕੇ ਦੇਖੋ ਜੀ ਹਿੰਮਤ ਹੈ, ਪਤਾ ਲੱਗਿਆ ਕਿਵੇਂ ਗੋਲੀ ਬਾਜ਼ੀ ਖਾਂਦੇ ਹੁੰਦੇ। ਮੇਰੇ ਸਿੱਧੇ ਦਿਲ ਪਰ ਗੋਲੀ ਲੱਗੀ ਸੀ, ਮਾਰ ਮੈਂ ਪਿੱਠ ਘੁਮਾ ਕੇ ਉਹਨੇ ਵਰਸ਼ਾ ਛੱਡਿਆ ਬਾਬਾ ਜੀ। ਇਹਨਾਂ ਨੂੰ ਰਾਜੂ ਸਿੰਘ ਆਬੇ ਪਰ ਪਿੰਡ ਹੈ। ਹਾਂਜੀ ਮੇਰੇ ਸਿੱਧਾ ਸ਼ੂਟਰ ਕਰ ਦੇਣਾ ਮੈਨੂੰ। ਬਾਬਾ ਜੀ ਕਿੰਨੀਆਂ ਗੋਲੀਆਂ ਵੱਜੀਆਂ ਤੁਹਾਡੇ? ਇੱਕ ਗੋਲੀ ਵੱਜੀ, ਦੋ ਤਿੰਨ ਵੱਜੀਆਂ ਬੱਕੀ। ਹੁਣ ਰਾਜਵੀਰ ਕਿੱਥੇ ਰੈਫਰ ਕਰਿਆ ਬਾਬਾ ਜੀ? ਰਜਿੰਦਰ ਹਸਪੀਟਲ ਲੈ ਕੇ ਜਾਣਾ ਇਹਨੂੰ, ਪੁੱਛੋ ਰਜਿੰਦਰ ਲੈ ਕੇ ਜਾਣਾ। ਬਾਬਾ ਜੀ ਤੁਸੀਂ ਉਦੋਂ ਬਾਰਡਰ ਦੇ ਉੱਪਰ ਸੀਗੇ, ਕਿੰਨੇ ਦਿਨ ਤੋਂ ਬੈਠੇ ਹੋ? ਬਾਬਾ ਜੀ ਬੰਦੀ ਸਿੰਘ ਉਹ 40 ਮਤਲਬ 1.5 ਸਾਲ ਹੋ ਗਏ ਬੰਦੀ ਸਿੰਘਾਂ ਦੇ ਬੈਠੇ ਜੀ, ਸਾਰਿਆਂ ਨੂੰ ਪਤਾ ਤਾਂ ਨਹੀਂ। ਇੱਥੇ ਬਾਰਡਰ ਤੇ ਆਏ ਸੀ ਸ਼ੰਭੂ ਜੀ। ਹਾਂ ਗੱਲਬਾਤ ਕਰਨਾ ਸੀ ਵੀ ਭਾਈ ਤੁਸੀਂ ਕਿਉਂ ਜੁਰਮ ਕਰਦੇ ਹੋ? ਇਹ ਕਹਿਣਾ ਸੀ ਇਹਨਾਂ ਨੂੰ ਗੋਲੀ ਚਲਾਈ ਸੀ। ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਸਰ? ਹਰਿਆਣਾ ਪੁਲਿਸ ਦੀ ਆਰਮੀ ਫੁੱਦੂ ਬੰਦੇ ਖੜੇ ਸਾਰੇ। ਠੀਕ ਹੈ ਸਰ। ਕਹਿੰਦਾ ਬਾਬਾ ਜੀ ਤੁਹਾਡੇ ਮੈਂ ਸਿੱਧੀ ਚਲਾਤੀ, ਪਹਿਲਾਂ ਮੇਰੇ ਸਰਲੇ ਮਾਰੇ ਉਹਨਾਂ ਨੇ, ਉਹ ਗੱਟ ਤੇ ਬਸ ਮੈਨੂੰ 47 ਚਲਾਤੀ ਮੇਰੇ ਸਿੱਧੀ ਗੋਲੀ। ਓਕੇ ਕਹਿਣ ਗਏ ਸੀ ਸਾਡਾ ਬੰਸ ਸਿੰਘ ਆਏ ਸੀ ਗੱਲਬਾਤ ਕਰਨਾ, ਤੁਸੀਂ ਗੱਲਬਾਤ ਕਰੋ। ਕਹਿੰਦੇ ਨਹੀਂ ਅਸੀਂ, ਤੁਸੀਂ ਪਿੱਛੇ ਜਾਓ ਬਾਬਾ ਜੀ, ਤੁਹਾਡਾ ਗੋਲੀ ਮਾਰ ਦਾਂਗੇ, ਤੂੰ ਬੰਦਾ ਕੌਣ ਹੈ, ਫਲਾਣਾ ਹੈ। ਮੈਂ ਕਿਹਾ ਤੁਸੀਂ ਗੋਲੀ ਮਾਰ ਕੇ ਦੇਖੋ ਜੀ ਹਿੰਮਤ ਹੈ, ਪਤਾ ਲੱਗਿਆ ਕਿਵੇਂ ਗੋਲੀ ਬਾਜ਼ੀ ਖਾਂਦੇ ਹੁੰਦੇ। ਮੇਰੇ ਸਿੱਧੇ ਦਿਲ ਪਰ ਗੋਲੀ ਲੱਗੀ ਸੀ, ਮਾਰ ਮੈਂ ਪਿੱਠ ਘੁਮਾ ਕੇ ਉਹਨੇ ਵਰਸ਼ਾ ਛੱਡਿਆ ਬਾਬਾ ਜੀ। ਇਹਨਾਂ ਨੂੰ ਰਾਜੂ ਸਿੰਘ ਆਬੇ ਪਰ ਪਿੰਡ ਹੈ। ਹਾਂਜੀ ਮੇਰੇ ਸਿੱਧਾ ਸ਼ੂਟਰ ਕਰ ਦੇਣਾ ਮੈਨੂੰ। ਬਾਬਾ ਜੀ ਕਿੰਨੀਆਂ ਗੋਲੀਆਂ ਵੱਜੀਆਂ ਤੁਹਾਡੇ? ਇੱਕ ਗੋਲੀ ਵੱਜੀ, ਦੋ ਤਿੰਨ ਵੱਜੀਆਂ ਬੱਕੀ। ਹੁਣ ਰਾਜਵੀਰ ਕਿੱਥੇ ਰੈਫਰ ਕਰਿਆ ਬਾਬਾ ਜੀ? ਰਜਿੰਦਰ ਹਸਪੀਟਲ ਲੈ ਕੇ ਜਾਣਾ ਇਹਨੂੰ, ਪੁੱਛੋ ਰਜਿੰਦਰ ਲੈ ਕੇ ਜਾਣਾ। ਬਾਬਾ ਜੀ ਤੁਸੀਂ ਉਦੋਂ ਬਾਰਡਰ ਦੇ ਉੱਪਰ ਸੀਗੇ, ਕਿੰਨੇ ਦਿਨ ਤੋਂ ਬੈਠੇ ਹੋ? ਬਾਬਾ ਜੀ ਬੰਦੀ ਸਿੰਘ ਉਹ 40 ਮਤਲਬ 1.5 ਸਾਲ ਹੋ ਗਏ ਬੰਦੀ ਸਿੰਘਾਂ ਦੇ ਬੈਠੇ ਜੀ, ਸਾਰਿਆਂ ਨੂੰ ਪਤਾ ਤਾਂ ਨਹੀਂ। ਇੱਥੇ ਬਾਰਡਰ ਤੇ ਆਏ ਸੀ ਸ਼ੰਭੂ ਜੀ। ਹਾਂ ਗੱਲਬਾਤ ਕਰਨਾ ਸੀ ਵੀ ਭਾਈ ਤੁਸੀਂ ਕਿਉਂ ਜੁਰਮ ਕਰਦੇ ਹੋ? ਇਹ ਕਹਿਣਾ ਸੀ ਇਹਨਾਂ ਨੂੰ ਗੋਲੀ ਚਲਾਈ ਸੀ। ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਸਰ? ਹਰਿਆਣਾ ਪੁਲਿਸ ਦੀ ਆਰਮੀ ਫੁੱਦੂ ਬੰਦੇ ਖੜੇ ਸਾਰੇ।
ਠੀਕ ਹੈ ਸਰ। ਕਹਿੰਦਾ ਬਾਬਾ ਜੀ ਉਧਰ ਜਾ ਮੈਂ ਸਿੱਧੀ ਚਲਾਤੀ, ਪਹਿਲਾਂ ਮੇਰੇ ਸ਼ਰਲੇ ਮਾਰੇ ਉਹਨਾਂ ਨੇ ਉਹ ਗੱਟਤੇ, ਬਸ ਮੈਨੂੰ 47 ਚਲਾਤੀ ਮੇਰੇ ਸਿੱਧੀ ਗੋਲੀ। ਓਕੇ ਕਹਿਣਗੇ ਅਸੀਂ ਸਾਡਾ ਬੰਸ ਸਿੰਘ ਆਏ ਸੀ ਗੱਲਬਾਤ ਕਰਨਾ, ਤੁਸੀਂ ਗੱਲਬਾਤ ਕਰੋ। ਕਹਿੰਦੇ ਨਹੀਂ ਅਸੀਂ, ਤੁਸੀਂ ਪਿੱਛੇ ਜਾਓ ਬਾਬਾ ਜੀ, ਤੁਹਾਡਾ ਗੋਲੀ ਮਾਰ ਦਾਂਗੇ, ਤੂੰ ਗੰਦਾ ਕੌਣ ਹੈ, ਫਲਾਣਾ ਹੈ। ਮੈਂ ਕਿਹਾ ਤੁਸੀਂ ਗੋਲੀ ਮਾਰ ਕੇ ਦੇਖੋ ਜੀ ਹਿੰਮਤ ਹੈ, ਪਤਾ ਲੱਗਿਆ ਕਿਵੇਂ ਗੋਲੀ ਵੱਜ ਖਾਂਦੀ ਹੁੰਦੇ। ਮੇਰੇ ਸਿੱਧੇ ਦਿਲ ਪਰ ਗੋਲੀ ਲੱਗੀ ਸੀ ਮਾਰਨ, ਮੈਂ ਪਿੱਠ ਘੁਮਾ ਕੇ ਉਹਦਾ ਵਰਸ਼ਾ ਛੱਡਿਆ ਬਾਬਾ ਜੀ।